ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ ਜੀ? ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੋਅ ਵਿੱਚ। ਨਾਮ ਹੈਗਾ ਕੀ ਹਾਲ ਹੈ। ਹਾਲ ਵਧੀਆ ਹੀ ਹੋਣਾ ਚਾਹੀਦਾ। ਇੱਕ ਦੂਜੇ ਨੂੰ ਹਾਲ ਪੁੱਛਣਾ ਬੜਾ ਇੰਪੋਰਟੈਂਟ ਚੀਜ਼ ਹੁੰਦੀ ਹੈ। ਅਕਸਰ ਇੱਕ ਦੂਜੇ ਨੂੰ ਹਾਲ ਚਾਲ ਪੁੱਛਦੇ ਰਹਿੰਦੇ ਹਾਂ, ਪਰ ਇਸ ਵੇਲੇ ਕੋਵਿਡ ਚੱਲਦਾ ਪਿਆ, ਜਿਹਦੇ ਕਰਕੇ ਆਪਾਂ ਜਾ ਕੇ ਕਿਸੇ ਨੂੰ ਨਹੀਂ ਮਿਲ ਸਕਦੇ। ਤੇ ਕੋਸ਼ਿਸ਼ ਵੀ ਨਾ ਕਰੋ ਬਾਹਰ ਕਿਸੇ ਨੂੰ ਮਿਲਣ ਦੀ, ਕੋਸ਼ਿਸ਼ ਕਰੋ ਆਪਣੇ ਘਰ ਹੀ ਰਹੋ, ਕਿਉਂਕਿ ਜਿਹੜੀਆਂ ਸੋਸ਼ਲ ਸਾਈਟਾਂ ਹੈਗੀਆਂ ਨੇ ਜਾਂ ਤੁਹਾਡੇ ਕੋਲ ਫੋਨ ਦੀ ਫੈਸਿਲਿਟੀ ਹੈ ਤੁਹਾਡੇ ਕੋਲ, ਇਹਨਾਂ ਨੂੰ ਰਾਈਟ ਯੂਜ਼ ਕਰਨ ਦਾ ਜਿਹੜਾ ਇਸ ਵੇਲੇ ਇੱਕ ਟਾਈਮ ਹੈਗਾ, ਆਪਾਂ ਇਹਨਾਂ ਨੂੰ ਰਾਈਟ ਯੂਜ਼ ਕਰੀਏ। ਇਹਨਾਂ ਨੇ ਸਾਡੇ ਸਮਾਜ ਤੋਂ ਭਾਵੇਂ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਨੇ, ਪਰ ਨਾਲ ਦੀ ਨਾਲ ਸਮਾਜ ਨੂੰ ਕੁਝ ਚੀਜ਼ਾਂ ਦਿੱਤੀਆਂ ਵੀ ਨੇ ਇਹਨਾਂ ਨੇ। ਸੋ ਆਪਾਂ ਨੂੰ ਜਿਹੜਾ ਕਿਸੇ ਵੀ ਚੀਜ਼ ਦਾ ਇੱਕ ਰਾਈਟ ਯੂਜ਼ ਜਿਹੜਾ ਉਹ ਕਰਨਾ ਇੰਪੋਰਟੈਂਟ ਹੁੰਦਾ। ਸੋ ਕੋਸ਼ਿਸ਼ ਕਰੋ ਆਪਣੇ ਘਰੇ ਬਹਿ ਕੇ ਹੀ ਤੁਸੀਂ ਇੱਕ ਦੂਜੇ ਦਾ ਹਾਲ ਚਾਲ ਪਤਾ ਕਰੋ। ਅੱਜ ਕੱਲ੍ਹ ਵੀਡੀਓ ਕਾਲਸ ਹੈਗੀਆਂ ਨੇ, ਤੁਸੀਂ ਉੱਥੇ ਇੱਕ ਦੂਜੇ ਦਾ ਤਾਰਫ ਕਰ ਸਕਦੇ ਹੋ, ਮਿਲ ਸਕਦੇ ਹੋ। ਉਸੇ ਹੀ ਅਕੋਰਡਿੰਗ ਅਸੀਂ ਵੀ ਇਹ ਵਾਲਾ ਸ਼ੋਅ ਕੀਤਾ, ਕਿਉਂਕਿ ਚੜ੍ਹਦੀ ਕਲਾ ਟਾਈਮ ਟੀਵੀ ਹਮੇਸ਼ਾ ਕੋਸ਼ਿਸ਼ ਕਰਦਾ ਕਿ ਤੁਹਾਨੂੰ ਤੁਹਾਡੇ ਜਿਹੜੇ ਜਿਹਨਾਂ ਤੁਸੀਂ ਚਾਹੁੰਦੇ ਹੋ, ਜਿਹਨਾਂ ਤੁਸੀਂ ਫੈਨ ਹੋ, ਉਹਨਾਂ ਨਾਲ ਤੁਹਾਨੂੰ ਜ਼ਰੂਰ ਮਿਲਾਇਆ ਜਾਵੇ। ਕਿਉਂਕਿ ਅੱਜ ਕੱਲ੍ਹ ਮੈਂ ਹਮੇਸ਼ਾ ਕਹਿੰਦਾ ਕਿ ਜਿੱਦਾਂ ਇਹਦੇ ਕਰਕੇ ਲੋਕਡਾਊਨ ਕਰਕੇ ਨਾ ਆਰਟਿਸਟ ਬਾਹਰ ਆ ਰਹੇ ਆ, ਨਾ ਉਹਨਾਂ ਦੀਆਂ ਕੋਈ ਨਵੀਆਂ ਅਪਡੇਟਸ ਆ ਰਹੀਆਂ ਨੇ, ਸ਼ੂਟਿੰਗਸ ਨਹੀਂ ਹੋ ਰਹੀਆਂ, ਤੇ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਦੇ ਆਰਟਿਸਟ ਇਸ ਵੇਲੇ ਕੀ ਕਰਦੇ ਪਏ ਨੇ ਜਾਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਇੰਨੇ ਦਿਨਾਂ ਦੇ ਵਿੱਚ। ਸੋ ਇਸੇ ਕਰਕੇ ਇਹ ਸ਼ੋਅ ਸ਼ੁਰੂ ਕੀਤਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਰਟਿਸਟ ਨੂੰ ਉਹਦੇ ਘਰੋਂ ਉਹਦੀ ਪਲੇਸ ਤੋਂ ਹੀ ਤੁਹਾਡੇ ਨਾਲ ਗੱਲਬਾਤ ਕਰਾਈ ਜਾਵੇ ਉਹਨਾਂ ਦੀ। ਸੋ ਉਸ ਕੜੀ ਦੇ ਵਿੱਚ ਆਪਾਂ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਮਿਲ ਚੁੱਕੇ ਹਾਂ। ਸੋ ਅੱਜ ਅਸੀਂ ਜਿਹਨਾਂ ਨੂੰ ਮਿਲਣ ਜਾ ਰਹੇ ਹਾਂ ਜੀ, ਬਹੁਤ ਵਧੀਆ ਐਕਟਰਸ ਨੇ ਤੇ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਹੀ ਵਧੀਆ ਵਧੀਆ ਜਿਹੜੀਆਂ ਫਿਲਮਸ ਉਹਨਾਂ ਨੇ ਕੀਤੀਆਂ ਨੇ। ਸ਼ੁਰੂਆਤ ਕੀਤੀ ਸੀ ਉਹਨਾਂ ਨੇ ਹਿੰਦੀ ਇੰਡਸਟਰੀ ਤੋਂ, ਸੀਰੀਅਲਸ, ਟੀਵੀ ਸੀਰੀਅਲ ਤੋਂ ਸ਼ੁਰੂਆਤ ਕਰਕੇ ਫਿਰ ਉਹਨਾਂ ਨੇ ਹਿੰਦੀ ਫਿਲਮਸ ਕੀਤੀਆਂ, ਉਸ ਤੋਂ ਬਾਅਦ ਫਿਰ ਉਹਨਾਂ ਨੇ ਮਰਾਠੀ ਫਿਲਮ ਵੀ ਕੀਤੀ, ਉਸ ਤੋਂ ਬਾਅਦ ਫਿਰ ਪੰਜਾਬੀ ਫਿਲਮਾਂ ਜਿਹੜੀਆਂ ਨੇ ਲਗਾਤਾਰ ਉਹਨਾਂ ਦੀਆਂ ਆ ਰਹੀਆਂ ਨੇ। ਤੇ ਜਿਹੜੀਆਂ ਪੰਜਾਬੀ ਫਿਲਮਾਂ ਵੀ ਆ ਰਹੀਆਂ ਨੇ ਉਹਨਾਂ 'ਚ ਉਹਨਾਂ ਦਾ ਕਰੈਕਟਰ ਜਿਹੜਾ ਆ ਉਹ ਬਾਖੂਬੀ ਉਹਨਾਂ ਨੇ ਨਿਭਾਇਆ। ਬਾਕੀ ਪਤਾ ਲੱਗਦਾ ਵੀ ਇੱਕ ਸਿੱਖਿਆ ਹੋਇਆ ਆਰਟਿਸਟ ਜਿਹੜਾ ਆ ਉਹਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਉਹਨਾਂ ਬਾਰੇ ਬਹੁਤ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਅੱਜ ਨਵੀਆਂ ਜਿਹੜੀਆਂ ਨੇ ਉਹ ਮਿਲਣਗੀਆਂ ਸੁਣਨ ਨੂੰ। ਹੋ ਸਕਦਾ ਤੁਸੀਂ ਪਹਿਲੇ ਵੀ ਉਹਨਾਂ ਦੀ ਕਾਫੀ ਇੰਟਰਵਿਊ ਦੇਖੇ ਹੋਣ, ਭਾਈ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਿਨਾਂ ਵਿੱਚ ਕਿੱਦਾਂ ਉਹਨਾਂ ਦਾ ਟਾਈਮ ਬੀਤ ਰਿਹਾ ਸ਼ੂਟਿੰਗਸ ਤੋਂ ਬਿਨਾਂ, ਉਹਦੇ ਉੱਤੇ ਗੱਲਬਾਤ ਵੀ ਕਰਾਂਗੇ ਜੀ। ਸਾਡੇ ਕੋਲ ਅੱਜ ਜਿਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਉਹਨਾਂ ਦਾ ਨਾਮ ਹੈ ਜੀ ਨੇਹਾ ਪਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਮੁਕੇਸ਼ ਜੀ? ਤੁਸੀਂ ਵਧੀਆ ਵਧੀਆ ਠੀਕ ਠਾਕ ਜੀ? ਹਾਂਜੀ, ਬਹੁਤ ਵਧੀਆ ਬਹੁਤ ਵਧੀਆ। ਬਾਕੀ ਗੱਲਾਂ ਚ ਗੱਲਾਂ, ਪਹਿਲੇ ਇਹ ਦੱਸੋ ਲੋਕਡਾਊਨ ਦੇ ਵਿੱਚ ਮੇਕਅਪ ਦਾ ਖਰਚਾ ਕਿੰਨਾ ਕੁ ਬਚਿਆ? ਬਹੁਤ ਬਚਿਆ, ਖਰਚੇ ਹੋਏ ਨਹੀਂ। ਤੇ ਦੂਜਾ ਸਵਾਲ ਆ ਵੀ ਕਦੇ ਬਾਹਰ ਗਏ? ਹਾਂ, ਦੂਜਾ ਸਵਾਲ ਹੈ ਜਦੋਂ ਕਦੇ ਘਰੋਂ ਬਾਹਰ ਗਏ ਹੋਗੇ, ਮਾਸਕ ਪਾਇਆ ਹੋਵੇ ਤੇ ਕਦੇ ਜੀ ਕੀਤਾ ਵੀ ਮੈਂ ਆਪਣੇ ਫੈਨਸ, ਮੈਨੂੰ ਲੋਕੀ ਹੁੰਦੇ ਬਿਲਕੁਲ ਨਹੀਂ, ਜਾਂ ਮਾਸਕ ਨਾਲ ਕੋਈ ਕਿਸੇ ਨੂੰ ਪਛਾਣ ਨਹੀਂ ਪਾ ਰਿਹਾ, ਕਦੇ ਜੀ ਨਹੀਂ ਕੀਤਾ ਵੀ ਸ਼ਾਪਿੰਗ ਕਰਦੀ ਮੈਂ ਲਾ ਕੇ ਦੱਸਾਂ ਵੀ ਮੈਂ ਜੇ? ਬਹੁਤ ਜ਼ਿਆਦਾ ਮੈਨੂੰ ਇਰੀਟੇਸ਼ਨ ਹੁੰਦੀ ਸੀ ਕਿ ਮੈਨੂੰ ਮਾਸਕ ਪਾਉਣਾ ਪੈ ਰਿਹਾ। ਮਤਲਬ ਮੇਰਾ ਮਨ ਕਰਦਾ ਸੀ, ਮੈਂ ਉਤਾਰ ਆਈ ਏਮ ਹੇਅਰ, ਮੇਰਾ ਮਨ ਕਰਦਾ ਸੀਗਾ ਕਿ ਮੈਂ ਸਾਰਿਆਂ ਨੂੰ ਕਵਾਂ ਆਈ ਏਮ ਹੇਅਰ ਪਲੀਜ਼ ਕਮ ਟੂ ਮੀ। ਸਹੀ ਗੱਲ ਹੈ, ਕਾਰਟਿਸ ਦੀ ਬਹੁਤ ਕਮੈਂ ਨਾ ਨੇਹਾ, ਮੈਂ ਨਾ ਪਰਸੋਂ ਦੀ ਗੱਲ ਆ, ਮੈਂ ਕਿਸੇ ਕਿਤੇ ਬਾਹਰ ਗਏ ਸ਼ਾਪਿੰਗ ਦੇ, ਉੱਥੇ ਇੱਕ ਲੇਡੀ ਨੇ ਵਾਈਟ ਕਲਰ ਦਾ ਮਾਸਕ ਪਾਇਆ, ਉਹਦੇ ਉੱਤੇ ਲਿਪਸ ਬਣੇ ਸੀਗੇ। ਲਿਪਸਟਿਕ ਵੀ ਲਗਾਈ ਉਹਨੇ ਸਪੈਸ਼ਲ ਸੂਟ ਦੇ ਨਾਲ ਮੈਚ। ਕਿਆ ਕਰਨ ਵਿਚਾਰੇ, ਕਿਆ ਕਰਨ, ਵੀ ਡੋਨਟ ਹੈਵ ਐਨੀ ਆਪਸ਼ਨ ਨਾਓ, ਸੋ ਵੀ ਹੈਵ ਟੂ ਡੂ ਸਮਥਿੰਗ ਲਾਈਕ ਦੈਟ। ਪਰ ਚਲੋ, ਮੈਨੂੰ ਲੱਗਦਾ ਵੀ ਐਜ਼ ਏ ਕਲਾਕਾਰ ਕਿੰਨਾ ਕੁ ਔਖਾ ਲੱਗ ਰਿਹਾ ਘਰ ਰਹਿਣਾ, ਘਰ ਬਹਿਣਾ, ਕਿਉਂਕਿ ਕਲਾਕਾਰ ਨੂੰ ਸਭ ਤੋਂ ਵੱਡੀ ਜੇਲ੍ਹ ਹੀ ਘਰ ਆ। ਐਕਚੁਅਲੀ ਮੁਕੇਸ਼ ਜੀ, ਇਸ ਬਾਰੇ ਮੈਂ ਇਹ ਕਹਿਣਾ ਚਾਹੂੰਗੀ ਕਿ ਹਾਂ, ਕੁਛ ਦਿੱਕਤਾਂ ਤਾਂ ਹੋਈਆਂ, ਕਿਉਂਕਿ ਇੱਕਦਮ ਤੋਂ ਜਦੋਂ ਸ਼ੂਟਸ ਰੁਕ ਜਾਂਦੇ ਆ, ਇੱਕ ਆਰਟਿਸਟ ਹਮੇਸ਼ਾ ਕੁਛ ਨਾ ਕੁਛ ਕਰਦਾ ਰਹਿੰਦਾ, ਐਕਸਪਲੋਰ ਡਿਫਰੈਂਟ, ਤੇ ਜਦੋਂ ਤੁਸੀਂ ਥੋੜਾ ਜਿਹਾ ਲਿਮਿਟਾਈਜ਼ ਹੋ ਜਾਂਦੇ ਹੋ ਤੇ ਥੋੜਾ ਬਹੁਤ ਫਰਕ ਪੈਂਦਾ ਹੈ ਉਸ ਚੀਜ਼ ਦਾ। ਬਟ ਮੈਂ ਕਹੂੰਗੀ ਕਿ ਆਰਟਿਸਟ ਜੋ ਹੈ ਨਾ, ਆਰਟਿਸਟ ਦੇ ਕੋਲ ਇੰਨਾ ਕੁਛ ਕਰਨ ਵਾਸਤੇ ਹੁੰਦਾ, ਈਵਨ ਤੁਸੀਂ ਘਰ ਵੀ ਅਗਰ ਬੈਠੇ ਹੋ ਤੇ ਮੈਨੂੰ ਨੀ ਲੱਗਦਾ ਇੱਕ ਆਰਟਿਸਟ ਬੰਦਾ ਬੋਰ ਹੋ ਸਕਦਾ। ਇੱਕ ਟਾਈਮ ਤੋਂ ਜਾ ਕੇ ਤਾਂ ਸਾਰੇ ਬੋਰ ਹੁੰਦੇ ਆ, ਬਟ ਇੰਨਾ ਕੁਛ ਹੁੰਦਾ ਐਕਸਪਲੋਰ ਕਰ ਰਹੇ ਹੋ, ਮਤਲਬ ਕਿੰਨਾ ਕੁਛ ਤੁਸੀਂ ਪੜ੍ਹ ਸਕਦੇ ਹੋ, ਕਿੰਨਾ ਕੁਛ ਐਕਟਿੰਗ ਦੇ ਬਾਰੇ ਤੁਸੀਂ ਸਟੱਡੀ ਕਰ ਸਕਦੇ ਹੋ, ਜਾਂ ਕਿੰਨੀ ਤੁਸੀਂ ਫਿਲਮਸ ਦੇਖ ਸਕਦੇ ਹੋ, ਕਿੰਨਾ ਕੁਛ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕਦੇ ਹੋ ਇਸ ਟਾਈਮ ਤੇ, ਤੁਸੀਂ ਆਪਣੇ ਆਪ ਨਾਲ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ। ਇੱਕ ਜੋ ਆਈਸੋਲੇਸ਼ਨ ਪੀਰੀਅਡ ਵੀ ਬਹੁਤ ਜ਼ਰੂਰੀ ਹੈ ਲਾਈਫ ਚ, ਮੈਨੂੰ ਲੱਗਦਾ ਹੈ ਉਹ ਵਾਲਾ ਬ੍ਰੇਕ ਸੀਗਾ। ਅਭੀ ਗੱਲ ਥੋੜੀ ਸਹੀ ਹੈ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ
ਤੁਸੀਂ ਆਪਣੇ ਮੈਂਟਲ ਹੈਲਥ ਤੇ ਵਰਕ ਕਰ ਸਕਦੇ ਹੋ, ਕਿਉਂਕਿ ਅਸੀਂ ਜਦੋਂ ਰੂਟੀਨ ਲਾਈਫ ਸਾਡੀ ਹੁੰਦੀ ਆ ਅਸੀਂ ਬਹੁਤ ਕੁਝ ਮਿਸ ਕਰ ਜਾਂਦੇ ਆ, ਆਪਣੇ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਨਾ ਮਿਸ ਕਰ ਜਾਂਦੇ ਆ, ਤਾਂ ਉਹ ਇੱਕ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਠਹਿਰਾਵ ਜੋ ਸੀਗਾ ਇਹ ਕੋਵਿਡ ਨੇ ਇੱਕ ਜੋ ਚੰਗੀ ਚੀਜ਼ ਹੋਈ ਆ, ਬਾਕੀ ਬਹੁਤ ਚੀਜ਼ਾਂ ਖਰਾਬ ਹੋਈਆਂ, ਬਹੁਤ ਨੁਕਸਾਨ ਵੀ ਹੋਇਆ ਮੈਂ ਮੰਨਦੀ ਹਾਂ, ਲੇਕਿਨ ਕੁਛ ਚੀਜ਼ਾਂ ਏਦਾਂ ਦੀਆਂ ਪੋਜ਼ਿਟਿਵ ਵੀ ਹੋਈਆਂ ਸਾਡੀ ਲਾਈਫ 'ਚ ਜੋ ਅਸੀਂ, ਮੇਰੇ ਖਿਆਲ ਕੁਛ ਲੋਕ ਏਦਾਂ ਦੇ ਨਿਕਲਣਗੇ ਕਿ ਉਹਨਾਂ ਨੂੰ ਜ਼ਿਆਦਾ ਐਨਜਾਇਟੀ ਹੋ ਗਈ, ਜ਼ਿਆਦਾ ਫਰਸਟ੍ਰੇਟਿਡ ਹੋ ਗਈ, ਲੇਕਿਨ ਅਗਰ ਉਸ ਵਕਤ ਦਾ ਅਸੀਂ ਬਹੁਤ ਅੱਛੇ ਦੇ ਨਾਲ ਇਸਤੇਮਾਲ ਕਰੀਏ ਤਾਂ ਤੁਸੀਂ ਬਹੁਤ ਕੁਛ ਚੰਗਾ ਕਰ ਸਕਦੇ ਹੋ ਆਪਣੀ ਲਾਈਫ 'ਚ। ਅੱਛਾ, ਇਹਨਾਂ ਦਿਨਾਂ 'ਚ ਨੇਹਾ ਪਵਾਰ ਨੇ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ, ਕਿੰਨੀਆਂ ਫਿਲਮਸ ਦੇਖ ਲਈਆਂ, ਐਕਟਿੰਗ ਦੀਆਂ ਕਿੰਨੀਆਂ ਕੁ ਆਨਲਾਈਨ ਕਲਾਸਿਸ ਲਿੱਤੀਆਂ, ਉਹ ਕਿੰਨੇ ਪਰਸੈਂਟ ਆ? ਮੈਂ ਤੁਹਾਨੂੰ ਦੱਸਾਂ, ਆਈ ਐਮ ਨੋਟ ਦੈਟ ਕਾਈਂਡ ਆਫ ਪਰਸਨ ਜੋ ਬਹੁਤ ਜ਼ਿਆਦਾ ਰੀਡਿੰਗ ਦੇ ਵਿੱਚ ਬਹੁਤ ਜ਼ਿਆਦਾ ਹੈ, ਮੈਂ ਰੀਡ ਬਹੁਤ ਜ਼ਿਆਦਾ ਨਹੀਂ ਕਰਦੀ, ਬਟ ਹਾਂ ਉਸੀ ਚੀਜ਼ ਨੂੰ ਰੀਡ ਕਰਦੀ ਆ ਜਿਸ ਚੀਜ਼ 'ਚ ਮੇਰਾ ਇੰਟਰਸਟ ਹੈ। ਅਗਰ ਕੋਈ ਮੈਨੂੰ ਕਹੇਗਾ ਨਾ ਕਿ ਤੂੰ ਇਹ ਬੁੱਕ ਲੈ ਲਾ, ਮਤਲਬ ਬਹੁਤ ਲੋਕ ਹੈ ਜੋ ਬੁੱਕ ਲਵਰਸ ਹੈ, ਬਟ ਹਰੇਕ ਬੰਦੇ ਦੀ ਆਪਣਾ ਇੱਕ ਨੇਚਰ ਹੁੰਦਾ ਹੈ, ਇੱਕ ਆਪਣੀ ਨੇਚਰ ਹੁੰਦੀ ਹੈ, ਤੇ ਮੈਂ ਸਭ ਤੋਂ ਵੱਧ ਤਾਂ ਮੈਂ ਇਸ ਦੌਰਾਨ ਮੈਡੀਟੇਸ਼ਨ ਕੀਤੀ, ਜੋ ਜਿਸ ਚੀਜ਼ 'ਚ ਮੈਂ ਥੋੜੀ ਡੀਪ ਸਟੱਡੀ ਕੀਤੀ, ਕਿਉਂਕਿ ਇਹ ਜੋ ਟਾਈਮ ਹੈ ਮੁਕੇਸ਼ ਜੀ, ਇੱਦਾਂ ਦਾ ਟਾਈਮ ਹੈ ਜਿੱਥੇ ਸਭ ਤੋਂ ਪਹਿਲਾਂ ਤੁਹਾਡਾ ਮਾਇੰਡ ਬੈਲੈਂਸ ਹੋਣਾ ਜ਼ਰੂਰੀ ਹੈ, ਕਿਉਂਕਿ ਅਗਰ ਤੁਹਾਡਾ ਮਤਲਬ ਮਾਇੰਡ ਬੈਲੈਂਸ ਨਹੀਂ ਆ, ਅਗਰ ਤੁਹਾਡੀ ਮੈਂਟਲ ਹੈਲਥ ਸਟਰੋਂਗ ਨਹੀਂ ਹੈਗੀ ਇਸ ਟਾਈਮ ਤੇ, ਤਾਂ ਤੁਸੀਂ ਕੁਛ ਨਹੀਂ ਕਰ ਸਕਦੇ। ਤੇ ਮੈਡੀਟੇਸ਼ਨ ਬਹੁਤ ਹੋ ਗਿਆ ਕਿ ਮੈਡੀਟੇਸ਼ਨ ਇਨਫ ਕਿ ਹਲੇ ਹੋਰ ਚੱਲੇ? ਹੁਣ ਬਹੁਤ ਹੋ ਗਈ, ਬਟ ਇਟ ਵਿਲ ਬੀ ਅ ਪਾਰਟ ਆਫ ਮਾਈ ਲਾਈਫ ਨਾਓ। ਸਹੀ ਗੱਲ ਹੈ, ਹਾਂ ਇਹ ਮਤਲਬ ਥੋੜਾ ਜਿਹਾ ਜੋ ਇਹ ਜੋ ਪੋਰਸ਼ਨ, ਕਿਉਂਕਿ ਅਸੀਂ ਜਿੱਦਾਂ ਰੋਜ਼ ਲੋਕਾਂ ਨੂੰ ਮਿਲਦੇ ਹਾਂ, ਬਹੁਤ ਸਾਰੀ ਚੀਜ਼ਾਂ ਸਾਡੀ ਲਾਈਫ 'ਚ ਹੋਣੀਆਂ, ਰੂਟੀਨ ਲਾਈਫ 'ਚ ਵੀ ਆਪਣੇ ਮਾਇੰਡ ਨੂੰ ਅਸੀਂ ਮਤਲਬ ਇੱਕ ਹੁੰਦਾ ਨਾ ਜਿੱਦਾਂ ਚਾਹ ਦੀ ਪੱਤੀ ਛਾਣ ਕੇ ਅਸੀਂ ਸਾਈਡ ਕਰਦੇ ਹਾਂ, ਉਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ। ਤੇ ਫਿਲਮ ਬਹੁਤ ਦੇਖੀਆਂ, ਇੰਜੋਏ ਬਹੁਤ ਕੀਤਾ, ਡਾਂਸ ਕਲਾਸਿਸ ਲਿੱਤੀਆਂ ਮੈਂ ਆਨਲਾਈਨ, ਤੇ ਇੱਕ ਸਵਾਲ ਬੜਾ ਇੰਪੋਰਟੈਂਟ ਆ ਕਿ ਨਵਾਜ਼ੁਦੀਨ ਸਦੀਕੀ ਸਾਹਿਬ ਦੀਆਂ ਕਿੰਨੀਆਂ ਫਿਲਮਾਂ ਦੇਖ ਲਈਆਂ, ਤੁਸੀਂ ਫੈਨ ਹੋ ਉਹਨਾਂ ਦੇ? ਨਵਾਜ਼ੁਦੀਨ ਸਿੱਦਕੀ ਦੀ, ਨਵਾਜ਼ੁਦੀਨ ਸਿੱਦਕੀ ਦੀ ਮਤਲਬ ਪਰਟੀਕੂਲਰਲੀ ਮਤਲਬ ਕੋਈ ਇਦਾਂ ਨਹੀਂ ਆ, ਮਤਲਬ ਮੈਂ ਉਹਨਾਂ ਦਾ ਕੁਛ ਨਾ ਕੁਛ ਦੇਖਦੀ ਰਹਿੰਦੀ, ਉਹਨਾਂ ਦੇ ਇੰਟਰਵਿਊਜ਼ ਮੈਂ ਬਹੁਤ ਸੁਣਦੀ ਆ, ਫਿਲਮਾਂ ਦਾ ਖੈਰ ਉਹਨਾਂ ਦੀ ਇੱਕ ਫਿਲਮ ਆਈ ਸੀਗੀ ਹੁਮਾ ਦੇ ਨਾਲ, ਹੁਮਾ ਕੁਰੇਸ਼ੀ, ਸ਼ੀ ਯੂਜ਼ ਟੂ ਵਰਕ ਆਊਟ ਵਿਦ ਮੀ ਬੋਂਬੇ, ਹੁਮਾ ਉਹਨਾਂ ਦੀ ਉਹ ਫਿਲਮ ਆਉਣ ਵਾਲੀ ਸੀਗੀ, ਫਿਲਮ ਦਾ ਨਾਮ ਮੇਰੇ ਮਾਇੰਡ ਤੋਂ ਸਕਿਪ ਹੋ ਗਿਆ ਆ, ਬਹੁਤ ਹੀ ਸੋਹਣਾ ਨਾਮ ਹੈ ਮੂਵੀ ਦਾ, ਉਹਦਾ ਪਾਰਟ 2 ਵੀ ਬਣਿਆ ਸੀ ਉਸ ਮੂਵੀ ਦਾ। ਮੈਂ ਕਹਿੰਦੀ ਹਾਂ ਉਹਨਾਂ ਦਾ ਸਾਰਿਆਂ ਤੋਂ ਜ਼ਿਆਦਾ ਦੀ ਬੈਸਟ ਵਰਕ ਮੈਨੂੰ ਉਹਨਾਂ 'ਚ ਲੱਗਿਆ। ਓਕੇ, ਨਹੀਂ ਤੁਸੀਂ ਪਰਸਨਲੀ ਉਹਨਾਂ ਨੂੰ ਪਸੰਦ ਕਰਦੇ ਹੋ, ਤੁਹਾਨੂੰ ਤਾਂ ਉਹਨਾਂ ਦੀ ਐਕਟਿੰਗ ਤੁਸੀਂ ਕਾਫੀ ਪਸੰਦ ਕਰਦੇ ਹੋ? ਬਹੁਤ ਬਹੁਤ, ਮੈਨੂੰ ਬਹੁਤ ਵਧੀਆ ਲੱਗਦੀ ਉਹਨਾਂ ਦੀ ਐਕਟਿੰਗ, ਉਹ ਮਤਲਬ ਕਦੀ ਵੀ ਮਤਲਬ ਨਾ ਇੱਕ ਹੁੰਦਾ ਨਾ ਨੈਕਸਟ ਰਿਐਕਸ਼ਨ ਬੰਦੇ ਦਾ ਕੀ ਹੋਏਗਾ ਪਤਾ ਨਹੀਂ ਹੁੰਦਾ, ਹਾਂ ਔਰ ਨੈਕਸਟ ਉਹ ਮਤਲਬ ਉਹ ਪ੍ਰਿਪੇਅਰ ਨਹੀਂ ਤੁਸੀਂ ਕਰ, ਹੀ ਅਨਪ੍ਰੀਡਿਕਟੇਬਲ। ਤੇ ਵਿਦਿਆ ਬਾਲਨ ਜੀ, ਓਹ ਆਈ ਲਵ ਹਰ, ਆਈ ਜਸਟ ਲਵ ਹਰ, ਉਹਨਾਂ ਦੀ ਇਹ ਜੋ ਫਿਲਮ ਹੈ ਸਭ ਤੋਂ ਦੀ ਬੈਸਟ ਮੂਵੀ ਦ ਡਰਟੀ ਪਿਕਚਰ, ਮਤਲਬ ਕੀ ਕੈਰੈਕਟਰ ਉਹਨਾਂ ਨੇ ਨਿਭਾਇਆ ਉਹਦੇ ਵਿੱਚ, ਦਿੱਲੀ 'ਚ ਜੰਮੀ ਕੁੜੀ, ਜਲੰਧਰ ਬੈਕਗ੍ਰਾਉਂਡ, ਬੰਬੇ 'ਚ ਜਾ ਕੇ ਸਟਰਗਲ ਕੀਤੀ, ਸਾਊਥ 'ਚ ਜਾ ਕੇ ਫਿਲਮ ਕੀਤੀ, ਇਹ ਦੁਨੀਆ ਇਹ ਇੰਡੀਆ ਪੂਰੇ ਦਾ ਭ੍ਰਮ ਕਰਕੇ ਘੁੰਮ ਕੇ ਫਿਰ ਵਾਪਸ ਪੰਜਾਬ 'ਚ ਆਈ, ਇਹ ਪੈਟਰੋਲ ਕਾਫੀ ਸੀਗਾ ਆਪਣੇ ਕੋਲ, ਪੈਟਰੋਲ ਵਾਧੂ ਸੀ ਕਿ ਜਹਾਜ਼ ਦੀਆਂ ਟਿਕਟਾਂ ਫਾਲਤੂ ਸੀਗੀਆਂ, ਜਿਹੜੀ ਲਾਗੇ ਪੈਂਦਾ ਪੰਜਾਬ ਤੋਂ ਕਿਤੇ ਇਹ ਨਾ ਹੋਵੇ ਕਿ ਰਾਜਸਥਾਨ ਵਾਲੇ ਪਾਸੇ ਰੁਕ ਜਾਵੇ। ਅਰੇ ਨਹੀਂ, ਤੁਹਾਡੇ ਪੇਰੈਂਟਸ ਦਾ ਬਹੁਤ, ਮੰਮਾ ਤੁਹਾਡੇ ਹਾਈ ਕੋਰਟ ਚ ਨੇ ਹਨਾ, ਤੇ ਉਹਨਾਂ ਦਾ ਬੜਾ ਮਨ ਸੀਗਾ ਕਿ ਤੁਸੀਂ ਇਸ ਫੀਲਡ ਚ ਆਓ, ਹੁਣ ਰਿਟਾਇਰ, ਪਰ ਉਹਨਾਂ ਦਾ ਬੜਾ ਮਨ ਸੀਗਾ ਹਮੇਸ਼ਾ ਕਿ ਤੁਸੀਂ ਇਸ ਫੀਲਡ ਚ ਆਓ, ਤੁਹਾਡੀ ਪੇਰੈਂਟਸ ਬਹੁਤ ਸਪੋਰਟਿੰਗ ਰਹੇ ਨੇ ਤੁਹਾਨੂੰ? ਹਾਂਜੀ, ਐਕਚੁਅਲੀ ਉਹਨਾਂ ਦਾ ਮਨ ਸੀ ਕਿ ਮੈਂ ਸਿੰਗਰ ਬਣਾ। ਓ ਅੱਛਾ, ਜਦੋਂ ਮੈਂ 10th ਸਟੈਂਡਰਡ ਸੀ ਤੇ ਮੇਰੀ ਮੋਮ ਨਾ ਮੇਰੇ ਲਈ ਫਾਰਮਸ ਲੈ ਕੇ ਆਏ ਸੀ ਕਿ ਕਲਾਸਿਸ ਲਗਾਉਣ ਲਈ,
पर मेरा कभी इंटरेस्ट ही नहीं आया बिकॉज आई एम नॉट गुड एट इट. तब मैं क्या, मैं नहीं सीखना. फिर मैं एक कोर्स देखा सीखा ऑनलाइन एक्टर प्रिपेयर अनुपम केर इंस्टीट्यूट, तो मैं एक्टर प्रिपेयर हाँ तुसी हो तो तुसी हैं, बिल्कुल बिल्कुल तुसी कोर्स किया हो हाँ जी हाँ राइट। जी. ते फिर मैं कार डिस्कशन की थी, ते फिर उन्होंने किया कि चलो. फिर मेरी मॉम ने जाके मेरा एडमिशन उसे करवाया, ते फिर बस उधरों ही मेरा स्ट्रगल स्टार्ट हो गया. ऑडिशन दे स्टार्ट कर दिते, ते हौली हौली फिर छोटे छोटे कैरेक्टर्स भी मैं किते हुए हैं टीवी करेक्टर्स शोज बिल्कुल स्टार्टिंग से एक्सपीरियंस है, क्योंकि तुम एक्टिंग कभी सीखण तो नहीं आउंदी जिन्ना मैनू, मतलब एक्टिंग तुसी थोड़े अंदर ही एक चीज होंगी आ जो वो मैं नहीं कहूंगी कि मैं किसी नू पॉइंट नहीं कर रही, मैं किसी, क्योंकि थिएटर बहुत बड़ा प्लेटफॉर्म है, बट टू बी वेरी ऑनेस्ट मैं थिएटर नहीं किया, क्योंकि हर एक बंदे दी, हर एक आर्टिस्ट दी, हर एक एक्टर दी एक अपनी जर्नी होंगी. मेरी जर्नी 100% जो हुई है वो मेरे लिए बेस्ट सी, ते मैं ऑब्वियसली जो चीज मैं एक्सपीरियंस की आ वही मैं शेयर करूंगी. मैं थिएटर, मैं स्टेज प्लेस ज्यादा नहीं किते, सिर्फ दो या तीन मुश्किल के नाल स्टेज प्लेस किते होने, लेकिन मैनू मेरी जर्नी ने बहुत कुछ सिखाया. जो तो प्रैक्टिकली मैं काम करना शुरू किया, ते बैक टू बैक गाला भी खादिया बहुत सेट पे स्टार्टिंग स्टार्टिंग जी डायरेक्टर तो जो तो नहीं आता भी पहले कुछ पहले करना. पहले सी, पहले सीरियल जी, पहले सीरियल जी खा दिया सी। हाँ, कच्चे होंगे सी तद उस वेले था, ते उस उन्ना नहीं पता सीगा, ते हौली हौली जदों एक्सपीरियंस होना शुरू होया कि बट मैं सीखिया, मतलब होंदा है ना एक एक तुसी बैकआउट कर लेंदे हो चीज तो कि यार नहीं यार दिस इज नॉट माय कप ऑफ टी, आई कांट डू इट. बट मैनू लगदा सी नो नो नेहा, दिस इज व्हाट यू कैन डू, सो यू हैव टू डू इट एनी हाउ. नया तो इसी फिल्म की थी सी कि करदारे सरदार की थी है ना राइट। हाँ जी हाँ जी असीस हाँ जी फिल्म हाँ की जी थी तुसी, असीस मतलब कि असीस अपने आप दे च वंडरफुल फिल्म, असीस फिल्म ना राणा हाँ जी हाँ जी रणबीर हाँ भाजी जी नाल मेरी भी बड़ी अच्छी सांझ है भाजी दे नाल, ते हाँ जी हाँ मतलब जी कि बहुत हाँ वंडरफुल फिल्म है। इवन के जड़ी जी तुसी ने फिल्म की थी अमानत राइट, अमानत ये हाँ थोड़ी जी हाँ मिसाल जी लास्ट फिल्म सी थोड़ी अमानत है ना, हाँ जी मैं हाँ जी स्पेशल वो देखण भी गया सी फिल्म वो। ओ थैंक उस यू सो फिल्म दे मच विच जेड़ा थोड़ा करैक्टर सी, मैनूं हुंदा कि जेड़ियां नवीं फिल्मां आउंदियां पईयां जिन्हां नूं ऑडियंस या जिन्हां नूं ही कह दे कि प्रमोशंस उस लेवल दियां नहीं आउंदियां क्योंकि प्रमोशन्स कंपटीशंस बहुत वड्डे ने, वो फिल्मां मैं जरूर देखण नहीं जाना हुंदा क्योंकि वो फिल्मां दे विच मैनूं होते. लगदा कि मेहनत बहुत जुड़ी हुंदी है, क्योंकि जिहड़े फिल्म फाइनेंशियली इन्नी स्ट्रांग नहीं हुंदी ओहदे अंदर मेहनत बहुत लगी हुंदी है, तो वो फिल्मां देखण मैं हमेशा जरूर जाना हुंना है ना। सो उस फिल्म दे विच मैं जे पूरी फिल्म नूं देखां थोड़ा जिहड़ा करैक्टर सीगा तुसीं उहनूं बड़ी बाखूबी निभाया, उस करैक्टर नूं थैंक यू देखण तों बाद है ना मेरा छोटा वीरा आया संजीव अत्री है ना, मतलब कि मैनूं हाँ जी हाँ जी वो संजीव हाँ जी जी, बहुत बढ़िया तो एक्टर जिहड़ा जिहड़ा तुसीं ओहदे 'च जिहड़ा एक्ट कीता ओह मतलब कि बड़ा परफेक्ट जिहा लगदा सीगा भाई, एक लगदा सीगा भी एक एक्ट्रेस है जिहदी पंजाब नूं लोड़ आ, इदां दे एक्ट्रेस इदां दे आर्टिस्टां दी थैंक पंजाब नूं यू लोड़ थैंक हैगी यू आ। पर ओह जिहड़े आपां करन तों बाद कि तुहानूं लगदा कि जिहड़ियां कितना कितें पंजाब दे विच वैसे ते हर जगह होंदियां लॉबिज्म ने जिहड़ियां, ਉਹ ਕਿਤੇ ਨਾ ਕਿਤੇ ਜਿਹੜੇ ਨਵੇਂ ਆਰਟਿਸਟ ਨੇ ਜਾਂ ਜਿਹੜੇ ਮਿਹਨਤੀ ਆਰਟਿਸਟ ਨੇ ਜਾਂ ਜਿਹੜੇ ਵਾਕਈ ਕੁਝ ਕਰ ਗੁਜ਼ਰਨ ਦਾ ਜਿਨ੍ਹਾਂ ਦੇ ਵਿੱਚ ਹਿੰਮਤ ਆ ਜਜ਼ਬਾ ਵੀ ਆ, ਉਹਨਾਂ ਨੂੰ ਚਾਂਸਿਸ ਦੀ ਕਮੀ ਆ ਜਾਂਦੀ ਆ, ਕਿਤੇ ਨਾ ਕਿਤੇ ਪ੍ਰੋਬਲਮਸ ਆਉਂਦੀਆਂ ਸਾਰੀਆਂ। ਮੁਕੇਸ਼ ਜੀ, ਐਕਚੁਅਲੀ ਪ੍ਰੋਬਲਮਸ ਤਾਂ ਹੁੰਦੀ ਆ ਜਦੋਂ ਤੁਸੀਂ ਇੱਕ ਨਵੀਂ ਜਗ੍ਹਾ ਤੇ ਸਟਾਰਟ ਲੈਂਦੇ ਹੋ, ਇੰਨੀ ਜਲਦੀ ਤੁਹਾਨੂੰ ਆਡੀਅੰਸ ਔਰ ਇੰਨੀ ਜਲਦੀ ਤੁਹਾਨੂੰ ਲੋਕ ਐਕਸੈਪਟ ਨਹੀਂ ਕਰਦੇ, ਕਿਉਂਕਿ ਕਿਤੇ ਨਾ ਕਿਤੇ ਜਦੋਂ ਆਪਾਂ ਛੋਟੀਆਂ ਫਿਲਮਾਂ ਕਰਦੇ ਹਾਂ ਤੇ ਕਿਤੇ ਨਾ ਕਿਤੇ ਪ੍ਰਮੋਸ਼ਨਸ ਦੀ ਥੋੜੀ ਕਮੀ ਆ ਜਾਂਦੀ ਆ. ਅਗਰ ਉਹੀ ਅਗਰ ਫਿਲਮ ਨੂੰ ਬਹੁਤ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਜਾਏ, ਉਹ ਹਰ ਬੰਦੇ ਦੇ ਤੱਕ ਪਹੁੰਚੇ, ਤਾਂ ਉਸ ਚੀਜ਼ ਨਾਲ ਜ਼ਿਆਦਾ ਫਰਕ ਪੈਂਦਾ ਹੈ ਮੈਨੂੰ ਲੱਗਦਾ ਹੈ. ਤੇ ਪ੍ਰੋਬਲਮਸ ਹੁੰਦੀਆਂ ਨੇ, ਬਟ ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ ਮੇਰੇ ਹਿਸਾਬ ਨਾਲ. ਥੋੜਾ ਟਾਈਮ ਲੱਗਦਾ ਹੈ ਆਪਣੀ ਜਗ੍ਹਾ ਬਣਾਉਣ ਲਈ ਇੱਕ ਆਰਟਿਸਟ ਨੂੰ, ਤੇ ਮੈਨੂੰ ਲੱਗਦਾ ਹੈ ਉਸ ਚੀਜ਼ ਨੂੰ ਵੀ ਸਾਨੂੰ ਪੋਜ਼ਿਟਿਵ ਲੈਣਾ ਚਾਹੀਦਾ ਆ, ਕਿਉਂਕਿ ਇਦਾਂ ਨਹੀਂ ਤਾਂ ਅਗਰ ਸਪੋਜ਼ ਮੈਂ ਸੋਚਾਂ ਕਿ ਮੈਨੂੰ ਕੋਈ ਓਪਰਚੁਨਿਟੀ, ਹਾਂ ਪ੍ਰੋਬਲਮ ਜ਼ਰੂਰ ਹੁੰਦੀ ਆ, ਥੋੜਾ ਟਾਈਮ ਜ਼ਰੂਰ ਲੱਗਦਾ ਹੈ. ਅਗਰ ਮੈਂ ਇਹ ਸੋਚਾਂ ਕਿ ਮੈਨੂੰ ਕੋਈ ਓਪਰਚੁਨਿਟੀ ਨਹੀਂ ਦੇਗਾ, ਦੈਨ ਆਈ ਵੋਂਟ ਬੀ ਏਬਲ ਟੂ ਡੂ ਫਿਊਚਰ ਪ੍ਰੋਜੈਕਟਸ. ਸੋ ਜੀ ਗੱਲਾਂ ਬਾਤਾਂ ਚੱਲ ਰਹੀਆਂ ਸਾਡੀਆਂ ਨੇਹਾ ਪਵਾਰ ਜੀ ਦੇ ਨਾਲ, ਗੱਲਾਂ ਬਾਤਾਂ ਹੋਰ ਵੀ ਕਰਨੀਆਂ ਨੇ ਪਰ ਸਮਾਂ ਕਿ ਨਿੱਕੀ ਜੀ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਰਿਪੀਟ ਅਰਸਰ ਦਾ ਬਹੁਤ ਸਵਾਗਤ ਹੈ ਸ਼ੋਅ ਵਿੱਚ ਜਿੰਨਾ ਹੈਗਾ ਕੀ ਹਾਲ ਹੈ। ਮੈਂ ਹੈਗਾ ਮੁਕੇਸ਼ ਹੋਰਾ, ਚੜ੍ਹਦੀ ਕਲਾ ਟਾਈਮ ਟੀਵੀ ਦਾ ਵਾਲਾ ਸ਼ੋਅ ਜਿਹ 'ਚ ਉਪਰਾਲਾ ਕੀਤਾ ਕਿ ਤੁਹਾਨੂੰ ਤੁਹਾਡੇ ਘਰ 'ਤੇ ਹੀ ਬੈਠਿਆਂ ਬਿਠਾਇਆਂ ਅਸੀਂ ਤੁਹਾਡੇ ਸੈਲੀਬ੍ਰਿਟੀ ਦੇ ਨਾਲ ਮਿਲਾਈਏ। ਸੋ ਉਸੇ ਕੜੀ ਦੇ ਮੁਤਾਬਕ ਅੱਜ ਗੱਲਬਾਤ ਚੱਲ ਰਹੀ ਹੈ ਜੀ ਨੇਹਾ ਪਵਾਰ ਜੀ ਦੇ ਨਾਲ। ਆਓ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਇੱਕ ਸਵਾਲ ਸ਼ਾਇਦ ਅੱਜ ਤੱਕ ਤੁਹਾਨੂੰ ਕਿਸੇ ਨੇ ਇੰਟਰਵਿਊ 'ਚ ਪੁੱਛਿਆ ਨਾ ਹੋਵੇ, ਕਦੇ ਇੱਦਾਂ ਹੋਇਆ ਵੀ ਤੁਸੀਂ ਬੜਾ ਪਰਸਨਲ ਸਵਾਲ ਹੈ, ਬੜੇ ਧਿਆਨ ਨਾਲ ਜਵਾਬ ਦਿਓ ਕਿਉਂਕਿ ਲੋਕਾਂ ਨੂੰ ਸਾਰਿਆਂ ਨੇ ਬਾਅਦ 'ਚੋਂ ਇਹਦਾ ਜਵਾਬ ਮੰਗਣਾ ਹੈ ਤੁਹਾਡੇ ਕੋਲੋਂ, ਤੇ ਤੁਹਾਡੇ ਕੋਲ ਅੱਜ ਤੱਕ ਕਿਸੇ ਨੇ ਸਵਾਲ ਦਾ ਜਵਾਬ ਪੁੱਛਿਆ ਨਹੀਂ ਹੋਣਾ, ਤੇ ਮੈਂ ਪਰਸਨਲੀ ਕਿਉਂਕਿ ਮੈਂ ਮੌਕਾ ਚਾਹੁੰਦਾ ਵੀ ਇੰਟਰਵਿਊ ਇਸ ਲੈਵਲ 'ਚ ਪਹੁੰਚੇ, ਫਿਰ ਮੈਂ ਤੁਹਾਨੂੰ ਪੁੱਛਾਂ ਵੀ ਤੁਸੀਂ ਨਾ ਇੱਧਰ ਜਾ ਸਕੋ ਨਾ ਉੱਧਰ ਜਾ ਸਕੋ, ਜਵਾਬ ਤੁਹਾਨੂੰ ਹੁਣ ਦੇਣਾ ਪੈਣਾ ਜਵਾਬ। ਕਦੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਮੈਰਿਜ 'ਤੇ ਗਏ ਹੋਵੋ ਅਤੇ ਗੋਲਗੱਪੇ ਖਾਣ ਨੂੰ ਜੀ ਕੀਤਾ ਅਤੇ ਆਪਣੀ ਸਟਾਰਡਰਮ ਦੇ ਚੱਕਰ 'ਚ ਉੱਠ ਕੇ ਗੋਲਗੱਪੇ ਨਾ ਖਾਧੇ ਹੋਣ? ਰੋਟੀ ਫੁਲਕੇ ਲਾ ਰਹੇ ਹੁੰਦੇ ਸੀ, ਤਾਂ ਕਹਿੰਦੇ ਸੀ, ਮੈਂ ਏਦਾਂ ਕਹਿੰਦੀ ਸੀ, ਲੱਗਦਾ ਮੈਂ ਤਾਂ ਬੋਂਬੇ ਵੀ ਬਾਈ ਗੋਡ ਖਾਣਾ ਹੀ ਬਣਾਉਣੇ ਆਈ ਸੀ, ਦਿੱਲੀ ਵੀ ਬਣਾ। ਅੱਛਾ ਨੇਹਾ, ਜਿਹੜੀ ਆਪਾਂ ਫੀਲਡ ਦੇ ਵਿੱਚ ਹੈਗੇ ਹਾਂ, ਇਹ ਫੀਲਡ ਸਟਰਗਲ ਬਹੁਤ ਮੰਗਦੀ ਹੈ, ਫੀਲਡ ਪੇਸ਼ੈਂਸ ਬਹੁਤ ਮੰਗਦੀ ਹੈ, ਹੈ ਨਾ? ਅਤੇ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਜਦੋਂ ਤੁਸੀਂ ਇਸ ਫੀਲਡ ਵਿੱਚ ਆਉਂਦੇ ਹੋ ਤਾਂ ਲੋਕਾਂ ਨੂੰ ਜਾਂ ਪੇਰੈਂਟਸ ਨੂੰ ਤੁਹਾਨੂੰ ਖੁਦ ਨੂੰ ਵੀ ਆਪਣੇ ਆਪ ਤੋਂ ਉਮੀਦਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਹਮੇਸ਼ਾ ਆਪਾਂ ਨੂੰ, ਹੈ ਨਾ? ਪਰ ਅੱਜ ਦੇ ਸਮੇਂ 'ਚ ਜਿੱਦਾਂ ਇਸ ਲਾਈਨ ਦੇ ਵਿੱਚ ਸਟਰਗਲ ਬਹੁਤ ਵੱਧ ਰਹੀ ਆ, ਹੁਣ ਅਸੀਂ ਜਿੰਨਾ ਮਰਜ਼ੀ ਕਹਿ ਦਈਏ ਕਿ ਅਪਰਚੁਨਿਟੀਜ਼ ਬਹੁਤ ਆ ਗਈਆਂ ਨੇ, ਪਰ ਮੈਨੂੰ ਲੱਗਦਾ ਕਿ ਉਹਨੂੰ ਲੈਣ ਵਾਲੇ ਵੀ ਬਹੁਤ ਆ ਗਏ ਨੇ, ਕਿਉਂਕਿ ਹਰ ਦੂਜਾ ਬੰਦਾ ਐਕਟਰ ਆ। ਜਿਉਂ ਦਾ ਮੈਂ ਇਹ ਕਹਿੰਦਾ ਨਾ ਕਿ ਜਿਉਂ ਦਾ ਮੋਬਾਈਲ ਆਈਫੋਨ ਲੋਕਾਂ ਦੇ ਹੱਥ 'ਚ ਆਇਆ ਤੇ ਹਰ ਬੰਦਾ ਡਾਇਰੈਕਟਰ ਆ। ਬਿਲਕੁਲ ਬਿਲਕੁਲ, ਤੇ ਕੋਵਿਡ ਨੇ ਹਰ ਬੰਦੇ ਦਾ ਯੂਟਿਊਬ ਤੇ ਚੈਨਲ ਬਣਵਾ ਦਿੱਤਾ। ਬਿਲਕੁਲ ਸਹੀ ਗੱਲ ਹੈ, ਹਨਾ? ਉਹਦੇ ਨਾਲ ਜਿਹੜੇ ਇੱਕ ਚੰਗਾ ਆਰਟਿਸਟ ਆ, ਜਿਹਨੂੰ ਅਸੀਂ ਕਹਿੰਦੇ ਆ ਮਿਹਨਤੀ ਆਰਟਿਸਟ, ਜਿਹਨੂੰ ਆਉਂਦਾ ਐਕਟਿੰਗ ਦਾ, ਇੱਕ ਬੰਦੇ ਕੁਝ ਐਸੇ ਵੀ ਹੁੰਦੇ ਆ ਜਿਹੜੇ ਪੈਸੇ ਦੇ ਦਮ ਤੇ ਜਾਂ ਐਕਸ ਵਾਈ ਜ਼ੈਡ ਉਹ ਚੀਜ਼ ਨੂੰ ਸਾਡੇ ਤੋਂ ਖੋ ਕੇ ਲੈ ਜਾਂਦੇ ਕਿਸੇ ਵੇਲੇ। ਸਹੀ ਗੱਲ ਹੈ, ਉਹ ਫੀਲਿੰਗ ਕਿੱਦਾਂ ਦੀ ਆ? ਪਤਾ ਕੀ ਮੁਕੇਸ਼ ਜੀ, ਮੇਰੀ ਬੜੀ ਡਿਫਰੈਂਟ ਥਿੰਕਿੰਗ ਆ। ਪਹਿਲੀ ਗੱਲ ਹੈ ਨਾ, ਅਗਰ ਕਿਸੇ ਨੂੰ ਵੀ ਮੇਰੇ ਸਰਕਲ ਦੇ, ਈਵਨ ਕੱਲ ਤੁਸੀਂ ਵੀ ਜਾਂ ਕੋਈ ਵੀ, ਅਗਰ ਕੋਈ ਵੱਡੀ ਫਿਲਮ ਕੋਈ ਕਰ ਰਿਹਾ ਹੋਏਗਾ, ਈਵਨ ਇਫ ਆਈ ਐਮ ਨੋਟ ਦੇਅਰ ਐਂਡ ਹੀ ਇਜ਼ ਫਰੋਮ ਮਾਈ ਸਰਕਲ ਔਰ ਸ਼ੀ ਇਜ਼ ਫਰੋਮ ਮਾਈ ਸਰਕਲ, ਆਈ ਬੀ ਦਾ ਹੈਪੀਐਸਟ ਪਰਸਨ। ਮੈਨੂੰ ਬੜੀ ਖੁਸ਼ੀ ਹੁੰਦੀ ਆ, ਕਿਉਂਕਿ ਪਤਾ ਹੈ ਜੋ ਤੁਹਾਡੇ ਲਈ ਬਣਿਆ ਆ, ਆਈ ਐਮ ਅ ਵੈਰੀ ਸਟਰੋਂਗ ਬਿਲੀਵਰ, ਠੀਕ ਹੈ, ਜੋ ਤੁਹਾਡੇ ਲਈ ਬਣਿਆ ਆ ਉਹ ਤੁਹਾਡੇ ਤੋਂ ਜਾਣਾ ਹੀ ਨਹੀਂ ਕਿਤੇ। ਅਮਾਨਤ ਇਜ਼ ਵਾਸ ਮੇਡ ਫੋਰ ਮੀ, ਆਈ ਹੈਡ ਟੂ ਪਲੇ ਦੈਟ ਕੈਰੈਕਟਰ ਐਂਡ ਇਟ ਡਿਡਨਟ ਗੋ ਟੂ ਐਨੀਵਨ, ਉਹ ਮੇਰੇ ਕੋਲ ਹੀ ਆਇਆ। ਅਸੀਸ ਉਹਨੂੰ ਫਿਲਮ ਨੂੰ 2 ਅਵਾਰਡ ਮਿਲੇ, ਉਹਨਾਂ ਨੇ ਹੋਰ ਵੀ ਕਈ ਕੁੜੀਆਂ ਨੂੰ ਸੋਚਿਆ ਸੀ ਲੈਣ ਦਾ, ਬਟ ਇਟ ਵਾਸ ਮੇਡ ਫੋਰ ਮੀ, ਇਟ ਕੇਮ ਟੂ ਮੀ ਐਂਡ ਆਈ ਡਿਡ ਇਟ। ਸੋ ਮੈਨੂੰ ਲੱਗਦਾ ਹੈ ਕਿ ਜੋ ਤੁਹਾਡੇ ਲਈ ਬਣਿਆ ਉਹ ਤੁਹਾਨੂੰ ਹੀ ਮਿਲੇਗਾ, ਜੋ ਤੁਹਾਡੇ ਲਈ ਬਣਿਆ ਉਹ ਤੁਹਾਨੂੰ ਹੀ ਮਿਲੇਗਾ, ਉਹ ਤੁਹਾਡੇ ਤੋਂ ਕੋਈ ਛਿਨ ਨਹੀਂ ਸਕਦਾ, ਕਿਉਂਕਿ ਹਰੇਕ ਬੰਦੇ ਦੀ ਇੱਕ ਆਪਣੀ ਨਾ ਡਿਫਰੈਂਟ ਜਰਨੀ ਹੁੰਦੀ ਆ, ਡਿਫਰੈਂਟ ਪਰਸਨੈਲਿਟੀ ਹੁੰਦੀ ਆ। ਮੈਂ ਅਗਰ ਕਈ ਲੋਕ ਕਹਿ ਦਿੰਦੇ ਆ ਕਿ ਅੱਛਾ ਇਹਦੇ ਵਰਗੀਆਂ ਹੋਰ ਹੋਣਗੀਆਂ, ਬਟ ਮੈਨੂੰ ਆਪਣੇ ਆਪ 'ਤੇ ਤੁਸੀਂ ਇੰਨਾ ਕੋਨਫੀਡੈਂਸ ਤੁਹਾਨੂੰ ਹੋਣਾ ਚਾਹੀਦਾ ਹੈ, ਨੋਟ ਓਵਰ ਕੋਨਫੀਡੈਂਸ ਬਟ ਇੰਨਾ ਹੋਣਾ ਚਾਹੀਦਾ ਆ, ਜੋ ਮੈਂ ਆ ਉਹ ਮੈਂ ਆ, ਜੋ ਮੇਰਾ ਨੇਚਰ ਹੈ, ਜੋ ਮੇਰਾ ਕੰਮ ਹੈ, ਜੋ ਮੈਂ ਕਰ ਸਕਦੀ ਹਾਂ, ਜੋ ਮੇਰਾ ਔਰ ਹੈ ਉਹ ਮੇਰਾ ਆ, ਉਹ ਚੀਜ਼ ਦੇ ਉੱਤੇ ਸਾਨੂੰ ਵਰਕ ਕਰਨਾ ਚਾਹੀਦਾ, ਬਜਾਏ ਕਿ ਦੂਸਰੀ ਚੀਜ਼ ਉਹ ਤੁਹਾਨੂੰ ਮਿਲ ਤਾਂ ਜਾਏਗੀ ਨਹੀਂ, ਜੋ ਲੈ ਕੇ ਚਲਾ ਗਿਆ ਜਾਂ ਜੋ ਪ੍ਰੋਜੈਕਟ ਚਲਾ ਗਿਆ ਉਹ ਤੁਹਾਨੂੰ ਵਾਪਸ ਨਹੀਂ ਮਿਲਣਾ। ਰਾਈਟ, ਜੋ ਮੈਂ ਮੈਂ ਆ, ਆਈ ਹੈਵ ਮਾਈ ਔਰਾ, ਆਈ ਹੈਵ ਕ੍ਰੀਏਟਿਡ ਦੈਟ ਔਰਾ, ਐਂਡ ਜੋ ਮੇਰੇ ਅੰਦਰ ਜੋ ਟੈਲੈਂਟ ਹੈ, ਜੋ ਨੈਚੁਰਲ ਚੀਜ਼ ਮੇਰੇ ਐਕਸਪ੍ਰੈਸ਼ਨ ਹੈ, ਉਹ ਮੇਰੇ ਰਹਿਣਗੇ। ਤੋ ਆਪਣੇ ਆਪ ਨੂੰ ਤੁਸੀਂ ਇੰਨਾ ਸਟਰੋਂਗ ਬਣਾਓ ਕਿ ਤੁਹਾਡੇ ਲਈ ਕੋਈ ਅਲੱਗ ਚੀਜ਼ ਲੈ ਕੇ ਆ ਜਾਏ। ਮੈਨੂੰ ਨਾ ਲਾਸਟ ਮਹੀਨੇ ਦੀ ਗੱਲ ਆ, ਮੈਂ ਦਿੱਲੀ ਗਿਆ ਸੀ, ਤੁਹਾਡੇ ਮੰਮਾ ਮੈਨੂੰ ਮਿਲੇ ਸੀਗੇ ਤੇ ਏਦਾਂ ਹੀ ਸੀਗੇ, ਸ਼ੋਪਿੰਗ ਕਰਦੇ ਪਏ ਸੀਗੇ ਤੇ ਹਾਏ ਹਾਏ ਬੰਦਾ ਸੀਰੀਅਸ ਵੀ ਗੱਲ ਕਰਦਾ ਕਿਸੇ ਵੇਲੇ, ਏਦਾਂ ਦੇਖਣ ਦਾ ਕੀ ਮਤਲਬ ਹੋਇਆ? ਹਰ ਵਾਰੀ ਥੋੜੀ ਗੋਲ ਗੱਪਿਆਂ ਵਾਲਾ ਝੂਠ ਹੁੰਦਾ। ਅੱਛਾ, ਓਕੇ, ਫਿਰ ਅੱਗੇ ਕੀ ਹੋਇਆ? ਹਾਂ, ਉਹ ਮਿਲੇ ਮੈਨੂੰ ਤੇ ਮੈਨੂੰ ਮਿਲੇ, ਮੈਂ ਕਿਹਾ ਆਂਟੀ ਜੀ ਪੈਰੀ ਪੈਣਾ ਜੀ, ਤੇ ਕਹਿੰਦੇ ਮੈਂ ਪਛਾਣਿਆ ਜੀ, ਮੈਂ ਕਿਹਾ ਜੀ ਤੁਸੀਂ ਨੇਹਾ ਦੇ ਮੰਮਾ? ਕਹਿੰਦੇ ਹਾਂ ਹਾਂ, ਤੇ ਮੈਂ ਕਿਹਾ ਜੀ ਆਂਟੀ ਮੈਨੂੰ ਮੈਂ ਮਿਲਿਆ ਤਾਂ ਨਹੀਂ ਕਦੇ ਨੇਹਾ ਨੂੰ, ਪਰ ਮੈਂ ਕਿਹਾ ਵੀ ਨੇਹਾ ਬਹੁਤ ਵਧੀਆ ਐਕਟਿੰਗ ਕਰਦੀ ਹੈ, ਤੇ ਉਹ ਮੈਨੂੰ ਕਹਿੰਦੇ ਵੀ ਐਕਟਿੰਗ ਤਾਂ ਕਰਦੀ ਹੈ ਪਰ ਮੈਂ ਇੰਨੀ ਖੁਸ਼ ਨਹੀਂ ਹਾਂ। ਮੈਂ ਕਿਹਾ ਕਿਉਂ?
ਕੀ ਗੱਲ ਹੋ ਗਈ? ਕਹਿੰਦੇ ਮੈਂ ਉਹਨੂੰ ਸਿੰਗਰ ਬਣਾਉਣਾ ਚਾਹੁੰਦੀ ਸੀ। ਮੈਂ ਕਿਹਾ ਠੀਕ ਹੈ ਰਾਈਟ। ਕਹਿੰਦੇ ਮੈਂ ਸਿੰਗਰ ਬਣਾਉਣਾ ਚਾਹੁੰਦੀ ਸੀ। ਮੈਂ ਕਿਹਾ ਆਂਟੀ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ, ਤੁਹਾਡੀ ਕੋਈ ਇੱਕ ਵਿਸ਼ ਪੂਰੀ? ਕਹਿੰਦੇ ਉਹਨੂੰ ਨਾ ਕਿਸੇ ਇੰਟਰਵਿਊ ਦੇ ਵਿੱਚ ਆਪਣੀ 'ਚ ਇੱਕ ਗਾਣਾ ਗਵਾਉਣੀ। ਮੋਸੇ ਤੇਰੀ ਗੱਡੀ ਦੇਖ ਕੇ ਮੈਂ ਸੁਣਿਆ ਆ, ਏਦਾਂ ਕਿੱਦਾਂ ਨੀ ਆਉਂਦਾ? ਲੋਕਾਂ ਨੂੰ ਸੁਣਾਈ ਜਾਓ, ਸਾਡੇ ਵਾਰੀ ਨੀ ਆਉਂਦਾ ਥੋੜੀ ਓਦਾਂ ਹੀ, ਸਾਨੂੰ ਵੀ ਓਦਾਂ ਹੀ ਸੁਣਾਓ। ਮੈਨੂੰ ਤਾਂ ਕੋਈ ਗਾਣਾ ਵੀ ਨੀ ਸੁਝਣਾ ਹੁਣ, ਤੁਸੀਂ ਕੌਨਸ਼ੀਅਸ ਕਰਨਾ, ਮੈਨੂੰ ਸੱਚੀ ਨਹੀਂ ਆਉਂਦਾ। ਕੌਨਸ਼ੀਅਸ ਨਹੀਂ ਕਰਦਾ ਆਂਟੀ ਜੀ, ਮੈਂ ਹੁਣੇ ਫੋਨ ਲਾ ਦੇਣਾ ਇਧਰੋਂ, ਫੋਨ ਤੋਂ ਖੜ ਜਾਓ ਇੱਕ ਮਿੰਟ। ਆਂਟੀ ਪੈਰੀ ਬਿਨਾਂ ਨੇਹਾ ਨੀ ਸੁਣਦੇ ਆਂਟੀ, ਉਹ ਕਹਿੰਦੇ ਮੈਂ ਨੀ ਸੁਣਾਉਣਾ। ਗਾਣਾ ਕਿਹੜਾ ਸੁਣੋਗੇ ਤੁਸੀਂ? ਮੈਂ ਕਿਹੜਾ? ਮੈਂ ਕਹਿਤਾ ਤੇ ਫਿਰ ਤੋਰ ਔਖੇ ਹੋ ਜਾਓਗੇ। ਲਫ਼ਜ਼ ਖਾ ਕੇ ਸਾਰੇ ਉਹਦੇ ਮੁੱਛ ਵੱਡੀ ਵੇਖ ਕੇ ਮੈਨੂੰ ਯਾਦ ਹੀ ਨਹੀਂ ਆ ਰਿਹਾ। ਨੇਹਾ ਬਹੁਤ ਸੋਹਣਾ ਗਾਉਂਦੀ ਹੈ, ਤੇ ਮੈਂ ਕਿਹਾ ਤੂੰ ਕਿੱਥੇ ਸੁਣਿਆ? ਕਹਿੰਦਾ ਸੁਣਿਆ ਨੀ ਹੈ, ਬਸ ਮੈਨੂੰ ਲੱਗਦਾ ਆ। ਤੂੰ ਸਾਰਿਆਂ ਦਾ ਲੱਗਦਾ ਪੂਰਾ ਕਰੋ ਨਾ ਅੱਜ। ਲੱਗਦਾ ਆ, ਚਲੋ ਪੂਰਾ ਕਰ ਦਿੰਦੇ ਹਾਂ। ਗਾਣਾ ਤਾਂ ਛੁੱਟੇ ਆਏ, ਕਿਹੜਾ ਗਾਵਾਂ? ਮੈਨੂੰ ਉਧਰ ਚੈਨਲ ਵਾਲੇ ਕਹੀ ਜਾਂਦੇ ਮੁਕੇਸ਼ ਵਾਈਂਡ ਅਪ ਕਰਦੇ ਵਾਈਂਡ ਅਪ ਕਰਦੇ, ਪਰ ਮੈਂ ਨਹੀਂ ਕਰਦਾ। ਓ ਮਾਈ ਗੋਡ, ਮੈਂ ਤਾਂ ਗਾਣਾ ਸੁਣਨਾ, ਇੰਟਰਵਿਊ ਜਾਣ ਦੋ ਤਾਂ ਅੱਜ। ਗਾਣਾ 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 ਨੇਹਾ ਚੇਤੇ ਕਰ, ਕਿਹੜਾ ਆ? ਰਾਣਾ ਭਾਈ ਨੇ ਗੁੱਸਾ ਕਰ ਦੇਣਾ ਸੀਗਾ, ਰੋਇਲ ਨੇ ਕੁਛ ਨੀ ਕਹਿਣਾ। ਨਹੀਂ ਉਸ ਵੇਲੇ ਚੇਤੇ ਸੀ ਤੇ ਹੁਣ ਬਸ ਭੁੱਲ ਗਈ ਮੈਂ। ਚਲੋ ਮੈਨੂੰ ਅਗਰ ਪਿੱਛ ਭੁੱਲ ਗਿਆ ਤੇ ਫਿਰ ਮੈਂ ਬੰਦ ਕਰ ਦੂੰਗੀ ਗਾਣਾ, ਠੀਕ ਹੈ? ਜਿੱਦਾਂ ਬਹੁਤ ਵੱਡੀ ਸਿੰਗਰ ਹੁੰਦੀ ਆ ਮੈਂ, ਵੱਡੇ ਸਿੰਗਰਾਂ ਦਾ ਗੱਲਾਂ ਨੀ ਖਰਾਬ ਹੁੰਦਾ, ਇਹ ਮੇਰੇ ਵਰਗੇ ਸਿੰਗਰ ਹੀ ਤੈਨੂੰ ਇਹ ਮੂੰਹ ਕਰਦੇ, ਕੋਈ ਗੱਲ ਨੀ। ਓਕੇ 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 ਆਜੋ। ਰੱਬ ਕਰੇ ਜੇ ਹੋ ਜੇ ਮੇਰੀ ਲੈ ਕੇ ਗੁਰੂ ਕਰ ਲਾਵਾਂ, ਅੱਗੇ ਪਿੱਛੇ ਘੁੰਮਾ ਤੇਰੇ ਬਣ ਤੇਰਾ ਪਰਛਾਵਾਂ, ਤੇਰੇ ਤੇਰੇ ਮੂੰਹ ਵਿੱਚ ਪਾਵਾਂ ਚੋਰੀਆਂ, ਬਣ ਕੇ ਤੇਰਾ ਰਾਂਝਾ ਮੈਂ, ਕੱਲੀ ਦੇ ਸਿਰ ਬੋਝ ਨੀ ਦੇਣਾ, ਹਰ ਕੰਮ ਕਰ ਲੂ ਸਾਂਝਾ ਮੈਂ। ਸੁਣ ਲਓ ਨਾ, ਮੈਂ ਤਾਰੋ ਦੀ ਕੁੱਕੜੇ ਪਾਵਾ ਜਦ ਤੂੰ ਕਰਦੇ ਤੂੰ ਮੇਰੀ, ਕਦੇ ਹੱਸ ਹੱਸ ਕੇ ਕਦੇ ਲੜ ਲੜ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ ਦੋਵੇਂ। ਗਾਣਾ ਗਾਣਾ ਨਿੰਜਾ ਨੇ ਗਾਇਆ, ਉਹਨਾਂ ਨੇ ਮੇਰੇ ਗਲਾ ਵੱਧ ਲਿਆ।
वाह 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 वाह, ये पहली बार ऐसा है भी कि कुड़ी गाना गा रही है, लोग ये नहीं देखेंगे कि स्केल फटा नहीं, वो देखते नहीं अगली लाइन फटी गई। इंटरव्यू नहीं बहुत अच्छा गाया नहीं, हाँ गल बात वाकई बहुत सारिया ने, क्योंकि कलाकार जो कट्ठे होंगे कि सारिया गलत बात होंगे करने वाली। वैसे भी थोड़ी जी लाइफ की जी थोड़ी जर्नी है वो मैं जरूर चाहना भी आप दोबारा कदम इंटरव्यू करिए, बारे होर लोगों को पता लगे, क्योंकि इंस्पायर कर दी ने ऐसा स्टोरीज जो नवे आर्टिस्ट होंगे ने, जिन्होंने लगता हर बंद लगता कि मेरी किस्मत माड़ी है, मैं ही मेहनत करन दी है, मेरे ना ही इदा हों, मैं ही एंड ते आके मेरा काम रुक जाता, पर हर दुनिया तकरीबन सारी इदा करती है, सारे हर बंदे दे नाल इदा हुंदा है। हां हां, पर नेहा बहुत अच्छा लगा थोड़े नाल गलबात करके, ते मैं तुहानू दुआवां दिना कि तुसी बहुत तरक्की करो, बहुत थोड़ा बड़ा नाम होवे, क्योंकि वाकई तुसी डिजर्व करदे हो इस चीज लई, जे मेरे वर्गे जिहड़े थोड़ा बहुत जिहड़ा माड़ा मोटा काम जानदे आ जेकर वो एप्रीशिएशन करते हैं थोड़ी एक्टिंग दी, तो इट मीनस के वाकई तुसी बहुत वधिया एक्ट्रेस हो, क्योंकि मैं थोड़ा काम देखा है फिल्म च, ते बहुत तरक्की करो, थोड़िया सारिया जड़िया ख्वाब ने थोड़े सारे पूरे होने, पंजाबी इंडस्ट्री तुसी एंट्री की, एड़ा तुहाड़ा फ्लैट चंडीगढ़ चंडीगढ़ च ही रहे, ये दोबारा बॉम्बे ना जाओ, इत्थे ही रहो, पंजाबी इंडस्ट्री च ही रहो। बिल्कुल, थैंक यू सो मच, मैं भी यही चाहूंगी। थैंक यू नेहा जी, थैंक यू, ते हुण मेरे वालों मेरी टीम वालों सत श्रीकाल जी, थैंक्स सो, थैंक यू, सत श्रीकाल, ओके, थैंक यू सो मच, ओके जी, थैंक यू जी। सो जी ए सीगे जी नेहा बवार, बहुत वधिया एक्ट्रेस ने, क्योंकि मैं इन्हां दी फिल्म देखी हुई है, ते पता लगता जिहड़े मेहनत करके जिहड़े आर्टिस्ट इत्थों तक पहुँचते हैं, जिहड़े वाकई डिजर्व करते हैं, तुसीं भी उन्हां नूं सपोर्ट करिया करो, जिहड़े नवे आर्टिस्ट आउंदे ने, जिहड़े स्ट्रगल करके आउंदे ने, जिन्हां दी वाकई एक्टिंग च दम हैगा, वह फिल्म जरूर देखण जाया करो। अहीं कई वारी चकाचौंध दे चक्कर दे विच वड्डियां फिल्मां नूं ही जाके देखदे आ, पर जिहड़ियां छोटे बजट दीआं फिल्मां हुंदीआं ने, क्योंकि बजट दी कदे कदे प्रॉब्लम आ जांदी है, वह भी फिल्मां देखण जरूर जाया करो, क्योंकि उन्होंने एप्रीशिएशन मिलती है, क्योंकि मैं हमेशा कहना हूं कि जिहड़ी फिल्म का बजट थोड़ा आए उस फिल्म च मेहनत बहुत लगी होंगी है। कुछ सारिया फिल्म अच्छी ने, जिहड़ियां वड्डियां फिल्म आदि ने वह भी बहुत अच्छी ने, पर जिहड़ियां छोटे बजट दी फिल्मां उन्होंने भी जरूर चांस दिया करो वेखण जाण दा, क्योंकि बहुत सारे वधिया जिहड़े कलाकार आ इन्हां विच लुके होंगे। बहुत अच्छा लगा नेहा जी ना गलबात करके, तो वाकई जो ऐसे आर्टिस्ट ना गलबात करो तो थोड़ा भी जिहड़ा हौसला आ वो बहुत बढ़ जाता। खैर दोस्तों हूँ समा गया, सत श्री अकाल कहिंदा, फिर मिलांगे नवे एक्टर दे नाल, तद तक हमेशा खुश रहो, घर रहो, सेफ रहो, कोविड तो बच के रहो, तुसी थोड़ी सारी फैमिली सेफ रहे, यही दुआ करते हैं आप चढ़दी कला टाइम टीम वालों, हूँ मेरे वालों मेरी पूरी टीम वालों, तुहानूं प्यार प्यार सत श्री अकाल जी।